ਦੋਸਤੋ, ਜੇਕਰ ਆਪਾਂ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੂੰ ਅਖਾੜਿਆਂ ਦੀ ਮਲਕਾ, ਬੁਲੰਦ ਆਵਾਜ਼ ਦੀ ਮਾਲਕ ਅਤੇ ਲੋਕ ਤੱਥਾਂ ਦੀ ਕਵੀਨ ਕਹਿ ਲਈਏ ਤਾਂ ਕਿਤੇ ਵੀ ਗਲਤ ਨਹੀਂ ਹੋਊਗਾ। ਪਰ ਕੀ ਤੁਹਾਨੂੰ ਪਤਾ ਕਿ ਜਸਵਿੰਦਰ ਬਰਾੜ ਇੱਕਦਮ ਗਾਇਕੀ ਤੋਂ ਗਾਇਬ ਕਿਵੇਂ ਹੋ ਗਈ ਸੀ ਅਤੇ ਕਿਵੇਂ ਉਹ ਲਗਭਗ 5 ਸਾਲ ਤੀਕਰ ਬਹੁਤ ਜ਼ਿਆਦਾ ਬੁਰੇ ਟਾਈਮ ਦੇ ਵਿੱਚੋਂ ਗੁਜ਼ਰੀ, ਜਦੋਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ? ਕੀ ਕਾਰਨ ਸੀ ਕਿ ਉਹ ਆਪਣੇ ਕੈਰੀਅਰ ਦੀਆਂ ਬੁਲੰਦੀਆਂ ਤੋਂ ਡਿਪਰੈਸ਼ਨ ਦੇ ਵਿੱਚ ਚਲੀ ਗਈ, ਜਦੋਂ ਉਹਨਾਂ ਦੀ ਪੂਰੀ ਮਜੀਸ਼ੀਅਨ ਟੀਮ ਇੱਕ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਸੀ, ਜਿਸ ਦੇ ਵਿੱਚ ਕਿ ਉਹਨਾਂ ਦੀ ਟੀਮ ਦੇ 8 ਮੈਂਬਰ ਉਸੇ ਜਗ੍ਹਾ 'ਤੇ ਮਾਰੇ ਗਏ ਸੀ? ਆਪਾਂ ਪੂਰੀ ਡਿਟੇਲ ਤੁਹਾਡੇ ਸਾਹਮਣੇ ਜਸਵਿੰਦਰ ਬਰਾੜ ਦੇ ਕੈਰੀਅਰ ਦੀ, ਉਹਨਾਂ ਦੇ ਫੈਮਿਲੀ ਦੀ, ਉਹਨਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਵਾਪਰੀ ਘਟਨਾ ਦੀ, ਜਿਸ ਨੇ ਕਿ ਉਹਨਾਂ ਨੂੰ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਤੋੜ ਦਿੱਤਾ ਸੀ ਅਤੇ ਕਿਵੇਂ ਉਹਨਾਂ ਨੇ ਫਿਰ ਤੋਂ ਗਾਇਕੀ ਦੇ ਵਿੱਚ ਕਮਬੈਕ ਕੀਤਾ, ਪੂਰੀ ਗੱਲਬਾਤ ਕਰਾਂਗੇ। ਸੋ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਜ਼ਰੂਰ ਦੱਸ ਦਿੰਦਾ ਵੀਰੇ, ਮੇਰਾ ਨਾਮ ਰਜਿੰਦਰ ਬਰਾੜ ਆ ਅਤੇ ਤੁਸੀਂ ਤੁਹਾਡਾ ਆਪਣਾ ਚੈਨਲ RB ਪੰਜਾਬੀ ਫਨ ਦੇਖ ਰਹੇ ਹਾਂ। ਸੋ ਬਿਨਾਂ ਟਾਈਮ ਗਵਾਏ ਆਪਾਂ ਜਸਵਿੰਦਰ ਬਰਾੜ ਬਾਰੇ ਗੱਲ ਕਰਦੇ ਹਾਂ। ਦੋਸਤੋ, ਜਸਵਿੰਦਰ ਬਰਾੜ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਦੀ ਕੁੱਖੋਂ, ਪਿਤਾ ਬਲਦੇਵ ਸਿੰਘ ਦੇ ਘਰ ਮੰਡੀ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਦੇ ਵਿੱਚ ਹੋਇਆ। ਜਸਵਿੰਦਰ ਬਰਾੜ ਦੀ ਮੈਰਿਜ 19 ਮਈ 2007 ਨੂੰ ਰਣਜੀਤ ਸਿੰਘ ਸਿੱਧੂ ਦੇ ਨਾਲ ਹੋਈ। ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਜਿਸ ਦਾ ਨਾਮ ਕਿ ਜਸ਼ਨਪ੍ਰੀਤ ਕੌਰ ਸਿੱਧੂ ਆ। ਮੈਰਿਜ ਤੋਂ ਬਾਅਦ ਵੀ ਜਸਵਿੰਦਰ ਬਰਾੜ ਨੇ ਉਸੇ ਤਰ੍ਹਾਂ ਆਪਣੀ ਗਾਇਕੀ ਦਾ ਸਫ਼ਰ ਜਾਰੀ ਰੱਖਿਆ ਅਤੇ ਨਵੀਆਂ ਬੁਲੰਦੀਆਂ ਨੂੰ ਲਗਾਤਾਰ ਛੂੰਹਦੀ ਰਹੀ। ਦੋਸਤੋ, ਇੱਕ ਟਾਈਮ ਅਜਿਹਾ ਸੀ ਜਦੋਂ ਜਸਵਿੰਦਰ ਬਰਾੜ ਦੇ ਰਿਸ਼ਤੇਦਾਰਾਂ ਨੂੰ ਇਹ ਪਤਾ ਲੱਗਿਆ ਕਿ ਜਸਵਿੰਦਰ ਸਟੇਜਾਂ ਦੇ ਉੱਪਰ ਗਾਉਂਦੀ ਹੈ, ਤਾਂ ਉਹਨਾਂ ਨੇ ਜਸਵਿੰਦਰ ਦੇ ਨਾਲ ਅਤੇ ਉਹਨਾਂ ਦੇ ਘਰਦਿਆਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਉਹ ਤਾਂ ਜਸਵਿੰਦਰ ਨੂੰ ਜਾਣਦੇ ਨਹੀਂ। ਸੋ ਉਹਨਾਂ ਦੇ ਰਿਸ਼ਤੇਦਾਰ ਜਸਵਿੰਦਰ ਦੀ ਗਾਇਕੀ ਨੂੰ ਲੈ ਕੇ ਇੰਨੇ ਜ਼ਿਆਦਾ ਨਾਰਾਜ਼ ਹੋਏ, ਜਿਸ ਕਰਕੇ ਕਿ ਜਸਵਿੰਦਰ ਬਰਾੜ ਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗਿਆ। ਪਰ ਉਹਨਾਂ ਦੇ ਘਰ ਦੇ ਉਹਨਾਂ ਦੇ ਨਾਲ ਹਮੇਸ਼ਾ ਖੜ੍ਹੇ ਰਹੇ, ਇਸ ਕਰਕੇ ਜਸਵਿੰਦਰ ਬਰਾੜ ਬਿਨਾਂ ਲੋਕਾਂ ਦੀ ਪਰਵਾਹ ਕਰਦੇ ਹੋਏ, ਬਿਨਾਂ ਰਿਸ਼ਤੇਦਾਰਾਂ ਦੀ ਪਰਵਾਹ ਕਰਦੇ ਹੋਏ ਗਾਇਕੀ ਦੇ ਮੈਦਾਨ ਦੇ ਵਿੱਚ ਲਗਾਤਾਰ ਅੱਗੇ ਵੱਧਦੀ ਰਹੀ ਅਤੇ ਆਪਣੀ ਮਿਹਨਤ ਕਰਕੇ ਇੱਕ ਦਿਨ ਉਹ ਇੰਡਸਟਰੀ ਦੇ ਵਿੱਚ ਆਪਣਾ ਇੱਕ ਵਿਲੱਖਣ ਜਿਹਾ ਨਾਮ ਬਣਾਉਣ ਦੇ ਵਿੱਚ ਵੀ ਕਾਮਯਾਬ ਰਹੀ। ਸੋ ਦੋਸਤੋ, ਹੁਣ ਸਵਾਲ ਉੱਠਦਾ ਕਿ ਜਸਵਿੰਦਰ ਬਰਾੜ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੰਨਾ ਉੱਚਾ ਮੁਕਾਮ ਹਾਸਲ ਕਰਨ ਦਾ ਸੁਪਨਾ ਕਿਵੇਂ ਸੱਚ ਹੋਇਆ? ਦਰਅਸਲ, ਜਸਵਿੰਦਰ ਬਰਾੜ ਆਪਣੇ ਸਟਰਗਲ ਦੇ ਦਿਨਾਂ ਦੇ ਵਿੱਚ ਮੇਲ ਸਿੰਗਰਸ ਦੇ ਨਾਲ ਜਾ ਕੇ ਸਟੇਜਾਂ ਦੇ ਉੱਪਰ ਗਾਉਂਦੀ ਸੀ। ਸੋ ਉਸੇ ਤਰ੍ਹਾਂ ਹੀ ਉਹ ਇੱਕ ਮੇਲ ਸਿੰਗਰ ਦੇ ਨਾਲ ਸਟੇਜ ਦੇ ਉੱਪਰ ਗਈ ਹੋਈ ਸੀ। ਜਦੋਂ ਜਸਵਿੰਦਰ ਬਰਾੜ ਨੂੰ ਇਕੱਲਿਆਂ ਗਾਉਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਕੁਲਦੀਪ ਮਾਣਕ ਸਾਹਿਬ ਦਾ ਇੱਕ ਗੀਤ ਸੁਣਾਇਆ, ਜਿਸ ਨੂੰ ਕਿ ਲੋਕਾਂ ਨੇ ਇੰਨਾ ਜ਼ਿਆਦਾ ਪਸੰਦ ਕੀਤਾ ਕਿ ਉਹ ਮੇਨ ਮੇਲ ਸਿੰਗਰ ਨੂੰ ਭੁੱਲ ਗਏ ਕਿ ਉਹ ਵੀ ਨਾਲ ਆਏ ਹੋਏ। ਇਕੱਲਾ ਜਸਵਿੰਦਰ ਬਰਾੜ ਦਾ ਗੀਤ ਹੀ ਉਹਨਾਂ ਨੇ ਵਾਰ ਵਾਰ ਸੁਣਿਆ। ਇਸ ਤੋਂ ਜਸਵਿੰਦਰ ਬਰਾੜ ਦੀ ਲੋਕਾਂ ਦੇ ਵਿੱਚ ਪਹਿਚਾਣ ਬਣਨੀ ਸ਼ੁਰੂ ਹੋ ਗਈ। ਦੋਸਤੋ, ਪ੍ਰੋਫੈਸ਼ਨਲ ਤੌਰ 'ਤੇ ਜਸਵਿੰਦਰ ਬਰਾੜ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1990 ਦੇ ਵਿੱਚ ਕੀਤੀ। ਉਹਨਾਂ ਦੀ ਪਹਿਲੀ ਐਲਬਮ ਆਈ ਸੀ ਕੀਮਤੀ ਚੀਜ਼। ਉਸ ਤੋਂ ਬਾਅਦ ਜਿਵੇਂ ਜਸਵਿੰਦਰ ਬਰਾੜ ਦੀ ਕਿਸਮਤ ਬਿਲਕੁਲ ਖੁੱਲ੍ਹ ਗਈ ਸੀ, ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਐਲਬਮਸ ਆਈਆਂ, ਖੁੱਲ੍ਹਾ ਅਖਾੜਾ ਅਤੇ ਰਾਂਝਾ ਜੋਗੀ ਹੋ ਗਿਆ, ਸੁਪਰ ਡੁਪਰ ਹਿੱਟ ਰਹੀਆਂ ਅਤੇ ਜਸਵਿੰਦਰ ਬਰਾੜ ਨੇ ਕਦੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਕਾਮਯਾਬੀ ਦੀਆਂ ਪੌੜੀਆਂ ਉਹ ਚੜ੍ਹਦੀ ਰਹੀ। ਦੋਸਤੋ, ਅਵਾਰਡਸ ਦੀ ਗੱਲ ਕਰੀਏ ਤਾਂ ਜਸਵਿੰਦਰ ਬਰਾੜ ਨੂੰ 2010 ਦੇ ਵਿੱਚ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਦਾ ਅਵਾਰਡ ਦਿੱਤਾ ਗਿਆ। ਉਹ ਇਹ ਅਵਾਰਡ ਹਾਸਲ ਕਰਨ ਵਾਲੀ 12ਵੀਂ ਪੰਜਾਬੀ ਸਿੰਗਰ ਆ। ਅਤੇ ਦੋਸਤੋ, ਹੁਣ ਆਪਾਂ ਉਸ ਘਟਨਾ ਦੀ ਗੱਲ ਕਰੀਏ ਜਿਸ ਨੇ ਕਿ ਜਸਵਿੰਦਰ ਬਰਾੜ ਦੇ ਕੈਰੀਅਰ ਨੂੰ ਬਿਲਕੁਲ ਖਤਮ ਕਰ ਦਿੱਤਾ ਸੀ। ਲਗਭਗ 5 ਸਾਲ ਦੇ ਲੰਮੇ ਟਾਈਮ ਤੀਕਰ ਜਸਵਿੰਦਰ ਬਰਾੜ ਡਿਪਰੈਸ਼ਨ ਦੇ ਵਿੱਚ ਚਲੀ ਗਈ ਅਤੇ ਘਰ ਤੋਂ ਬਹੁਤ ਘੱਟ ਬਾਹਰ ਨਿਕਲਦੀ ਸੀ। ਦਰਅਸਲ, ਹੋਇਆ ਇੱਦਾਂ ਕਿ ਸ਼ੋਅ ਲਾਉਣ ਤੋਂ ਬਾਅਦ ਜਸਵਿੰਦਰ ਬਰਾੜ ਦੀ ਮਜੀਸ਼ੀਅਨ ਟੀਮ ਆਪਣੀ ਗੱਡੀ ਰਾਹੀਂ ਆ ਰਹੀ ਸੀ। ਉਹਨਾਂ ਦਾ ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਹੋਇਆ ਕਿ ਉਹਨਾਂ ਦੇ 5 ਮਜੀਸ਼ੀਅਨ ਗੱਡੀ ਦੇ ਵਿੱਚੋਂ ਬਾਹਰ ਡਿੱਗ ਪਏ ਅਤੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਉਹਨਾਂ ਦੇ 3 ਮਜੀਸ਼ੀਅਨ ਨੇ ਜਸਵਿੰਦਰ ਬਰਾੜ ਦੀ ਝੋਲੀ ਦੇ ਵਿੱਚ ਦਮ ਤੋੜ ਦਿੱਤਾ। ਜਸਵਿੰਦਰ ਬਰਾੜ ਨੂੰ ਇਸ ਘਟਨਾ ਤੋਂ ਇੰਨੀ ਜ਼ਿਆਦਾ ਠੇਸ ਪਹੁੰਚੀ ਕਿ ਉਹ ਲਗਭਗ 5 ਸਾਲ ਤੱਕ ਉਹਨਾਂ ਨੇ ਡਿਪਰੈਸ਼ਨ ਦੀ ਜ਼ਿੰਦਗੀ ਭੋਗੀ, ਜਿਸ ਦੀ ਕਿ ਗੱਲ ਕਰਦੇ ਕਰਦੇ ਉਹ ਕਾਫੀ ਜ਼ਿਆਦਾ ਭਾਵੁਕ ਹੋ ਜਾਂਦੇ ਆ। ਉਹ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਬੁਰਾ ਸਮਾਂ ਸੀ, ਪਰ ਉਸ ਡਿਪਰੈਸ਼ਨ ਦੇ ਨਾਲ ਲੜਨ ਦੇ ਲਈ ਜਸਵਿੰਦਰ ਬਰਾੜ ਨੇ ਹੌਸਲਾ ਕੀਤਾ ਅਤੇ ਉਸ ਡਿਪਰੈਸ਼ਨ ਦੇ ਵਿੱਚੋਂ ਜਸਵਿੰਦਰ ਬਰਾੜ ਬਾਹਰ ਨਿਕਲੀ। ਇਸ ਦੇ ਵਿੱਚ ਉਹਨਾਂ ਦਾ ਸਾਥ ਸਚਿਨ ਅਹੂਜਾ ਨੇ ਵੀ ਦਿੱਤਾ, ਜੋ ਕਿ ਜਸਵਿੰਦਰ ਬਰਾੜ ਨੂੰ ਆਪਣੀ ਵੱਡੀ ਭੈਣ ਮੰਨਦੇ ਆ ਅਤੇ ਹਮੇਸ਼ਾ ਜਸਵਿੰਦਰ ਬਰਾੜ ਦੇ ਨਾਲ ਖੜ੍ਹੇ ਰਹੇ ਆ। ਸੋ ਡਿਪਰੈਸ਼ਨ ਤੋਂ ਬਾਹਰ ਆਏ ਅਤੇ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਦਮ ਧਰਿਆ ਅਤੇ ਉਹਨਾਂ ਨੇ ਫਿਰ ਤੋਂ ਸਫਲਤਾ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ, ਲਾਈਵ ਸ਼ੋਅ ਕਰਨੇ ਸ਼ੁਰੂ ਕੀਤੇ ਅਤੇ ਲੋਕਾਂ ਨੇ ਜਸਵਿੰਦਰ ਬਰਾੜ ਨੂੰ ਫਿਰ ਤੋਂ ਪਿਆਰ ਦੇਣਾ ਸ਼ੁਰੂ ਕਰ ਦਿੱਤਾ। ਸੋ ਦੋਸਤੋ, ਆਪਾਂ ਚਾਹਾਂਗੇ ਕਿ ਜਸਵਿੰਦਰ ਬਰਾੜ ਦੇ ਉੱਪਰ ਫਿਰ ਤੋਂ ਕਦੇ ਵੀ ਇਦਾਂ ਦਾ ਟਾਈਮ ਨਾ ਆਵੇ, ਕਿਉਂਕਿ ਜਸਵਿੰਦਰ ਬਰਾੜ ਪੰਜਾਬ ਦੀ ਇੱਕ ਬੁਲੰਦ ਆਵਾਜ਼ ਆ,
ਲੋਕ ਤੱਥਾਂ ਦੀ ਰਾਣੀ ਆ। ਸੋ ਇਸੇ ਤਰ੍ਹਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਆਪਣੇ ਵਧੀਆ ਵਧੀਆ ਗੀਤਾਂ ਰਾਹੀਂ ਸੇਵਾ ਕਰਦੀ ਰਹੇ ਅਤੇ ਪਰਮਾਤਮਾ ਉਹਨਾਂ ਨੂੰ ਇੱਕ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਪ੍ਰਦਾਨ ਕਰੇ। ਸੋ ਦੋਸਤੋ, ਉਮੀਦ ਆ ਕਿ ਜਿਹੜੀਆਂ ਗੱਲਾਂ ਆਪਾਂ ਜਸਵਿੰਦਰ ਬਰਾੜ ਹੋਰਿਆਂ ਬਾਰੇ ਕੀਤੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲੋ, ਹੋਰ ਦੋਸਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਸ਼ੇਅਰ ਵੀ ਕਰੋ, ਹੋਰ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਸੋ ਮੱਚ।